You are watching Channel Y, Channel Y, a South Asian Canadian channel. ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਲੁਧਿਆਣਾ ਦੇ ਗੁਰਦੁਆਰਾ ਸਰਾਬਾ ਨਗਰ ਵਿਖੇ ਇੱਕ ਅਹਿਮ ਬੈਠਕ ਹੋਈ ਜਿਸ 'ਚ ਫੈਸਲਾ ਲਿਆ ਗਿਆ ਕਿ 26-27 ਨਵੰਬਰ ਨੂੰ ਜੋ ਖੇਤੀ ਕਾਨੂੰਨ ਦੇ ਵਿਰੋਧ 'ਚ ਦਿੱਲੀ ਦਾ ਘਿਰਾਓ ਕੀਤਾ ਜਾਣਾ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਕਿਹਾ ਕਿ ਕਿਸਾਨਾਂ ਦੇ ਰਵਾਇਤੀ ਸੰਦ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਵੱਲ ਕਿਸਾਨ ਜਥੇਬੰਦੀਆਂ ਕੂਚ ਕਰਨਗੀਆਂ। ਜੇਕਰ ਰਸਤੇ ਵਿੱਚ ਉਹਨਾਂ ਨੂੰ ਕਿਤੇ ਰੋਕਿਆ ਗਿਆ ਤਾਂ ਉਹ ਉੱਥੇ ਹੀ ਚੱਕਾ ਜਾਮ ਕਰ ਦੇਣਗੇ। ਅਤੇ ਬੈਠਕ ਵਿੱਚ ਕਿਹਾ ਗਿਆ ਕਿ 18 ਤਰੀਕ ਨੂੰ ਹੋਰਨਾਂ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਇੱਕ ਅਹਿਮ ਬੈਠਕ ਹੋਣੀ ਹੈ, ਜਿਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਅੱਜ ਦੀ ਇੱਥੇ ਭਾਰਤ ਕਿਸਾਨ ਯੂਨੀਅਨ ਕਾਦੀਆਂ ਦੀ ਪੰਜਾਬ ਪੱਧਰੀ ਮੀਟਿੰਗ ਹੋਈ, ਜਿੱਥੇ ਸਾਰੇ ਜ਼ਿਲ੍ਹਾ ਪ੍ਰਧਾਨ ਜਨਰਲ ਸੈਕਟਰੀ ਸ਼ਾਮਿਲ ਹੋਏ। ਅਤੇ ਇਹ ਜਿਹੜੀ 26-27 ਨੂੰ ਪੰਜਾਬ ਹਰਿਆਣਾ ਦਿੱਲੀ ਦਾ ਘਿਰਾਓ ਦੱਸਿਆ ਗਿਆ, ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਕੁੱਲ ਹਿੰਦ ਵੱਲੋਂ ਇਹ ਜਿਹੜੀਆਂ ਜਥੇਬੰਦੀਆਂ 350 ਜਥੇਬੰਦੀਆਂ ਉਹਨਾਂ ਦਾ ਐਲਾਨ ਆ, ਉਹਨੂੰ ਫੁੱਲ ਚਾੜਨ ਵਾਸਤੇ ਉਹਦਾ ਸੰਘਰਸ਼ ਤੇਜ਼ ਕਰਨ ਵਾਸਤੇ ਅਤੇ ਤਿਆਰੀ ਕਰਨ ਵਾਸਤੇ ਇੱਥੇ ਮੀਟਿੰਗ ਕੀਤੀ ਗਈ ਵੀ ਕਿਵੇਂ ਘਿਰਾਓ ਕੀਤਾ ਜਾਊਗਾ। ਸਾਰਿਆਂ ਨੇ ਭਰਪੂਰ ਰੂਪ ਦੇ ਵਿੱਚ ਕਿਹਾ ਵੀ ਕਿਸਾਨਾਂ 'ਚ ਪੂਰਾ ਜੋਸ਼ ਆ ਅਤੇ ਟਰੈਕਟਰ ਟਰਾਲੀਆਂ ਜਿਹੜਾ ਸਾਡਾ ਇੱਕ ਸਿੰਬਲ ਹੁੰਦਾ ਉਹਦੇ 'ਤੇ ਅਸੀਂ ਜਾ ਕੇ ਦਿੱਲੀ ਦਾ ਘਿਰਾਓ ਕਰਾਂਗੇ। ਇੱਕ ਟਰਾਲੀ ਇੱਕ ਟਰੈਕਟਰ ਦੇ ਪਿੱਛੇ ਦੋ ਦੋ ਟਰਾਲੀਆਂ ਲਾ ਕੇ, ਇੱਕ 'ਚ ਰਾਸ਼ਨ ਅਤੇ ਇੱਕ 'ਚ ਆਪਦੀ ਆਮ ਸੰਗਤ ਬਿਠਾ ਕੇ ਅਸੀਂ ਵੱਡੇ ਰੂਪ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਜਾ ਕੇ ਅਤੇ ਲੱਖਾਂ ਕਿਸਾਨ ਦਿੱਲੀ ਵੱਲ ਵੱਧ ਕੇ ਅਤੇ ਉਹਨੂੰ ਦਿੱਲੀ ਦਾ ਘਿਰਾਓ ਕਰਕੇ ਪੱਕਾ ਰੂਪ, ਜਦ ਤੱਕ 3 ਲਾਅ ਵਾਪਸ ਨਹੀਂ ਕੀਤੇ ਅਤੇ 2 ਆਰਡੀਨੈਂਸ ਜਿਹੜਾ ਇੱਕ ਨਵਾਂ ਦੇਤਾ ਹੁਣ ਇਹਨਾਂ ਨੇ, ਪਰਾਲੀ ਦੇ ਉੱਤੇ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਕੈਦ, ਅਤੇ ਇੱਕ ਜਿਹੜਾ 2020 ਬਿਜਲੀ ਐਕਟ ਆ ਆਰਡੀਨੈਂਸ ਦੇ ਰੂਪ 'ਚ ਹੀ ਆ ਵੀ ਉਹ ਜਦ ਤੱਕ ਵਾਪਸ ਨਹੀਂ ਦਿੱਤਾ ਜਾਂਦਾ। ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਪਰਮਿਸ਼ਨ ਲਿੱਤੀ ਸੀ, ਪਹਿਲਾਂ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ, ਉਸ ਤੋਂ ਬਾਅਦ ਜਦੋਂ ਸਾਡੀ ਮੀਟਿੰਗ ਕੱਲ੍ਹ ਬੇਸਿੱਟਾ ਰਹੇਗੀ ਪਰਸੋਂ ਵਾਲੀ 13 ਤਰੀਕ ਵਾਲੀ, ਉਸ ਤੋਂ ਬਾਅਦ ਸਾਡੀ ਪਰਮਿਸ਼ਨ ਵੀ ਉਹਨਾਂ ਨੇ ਕੈਂਸਲ ਕਰਤੀ। ਹੁਣ 18 ਤਰੀਕ ਨੂੰ ਇਹਦਾ ਅਗਲਾ ਰੂਪ ਜਿਹੜਾ 30 ਜਥੇਬੰਦੀਆਂ ਬੈਠ ਕੇ ਚੰਡੀਗੜ੍ਹ ਕਿਸਾਨ ਭਵਨ 'ਚ ਲਿਖਣਗੀਆਂ। ਉਹਨਾਂ ਨੇ ਸਾਨੂੰ ਤਿਆਰੀ ਕਰਨ ਨੂੰ ਕਿਹਾ ਵੀ ਬਾਕੀ ਜਥੇਬੰਦੀਆਂ ਸਾਰੀਆਂ ਤਿਆਰ ਰਹਿਣ, ਉਹਦੀ ਤਿਆਰੀ ਦੇ ਰੂਪ ਦੇ ਵਿੱਚ ਅੱਜ ਸਪੈਸ਼ਲ ਮੀਟਿੰਗ ਕੀਤੀ ਗਈ ਵੀ ਭਾਰਤ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜਿਹੜਾ ਯੋਗਦਾਨ ਪਾਇਆ ਜਾਊ 30 ਜਥੇਬੰਦੀਆਂ ਦੇ ਵਿੱਚ ਉਹਦੀ ਤਿਆਰੀ ਬਾਰੇ ਆਪ ਵਾਪਸ ਕੀਤੀ ਗਈ। ਹੁਣ ਦਿੱਲੀ ਚਲੋ ਦਾ ਨਾਰਾ ਦਿੱਤਾ ਵੀ ਜਿੱਥੇ ਦੇ ਰੁਕਣਗੇ ਉੱਥੇ ਰੁਕ ਜਾਵਾਂਗੇ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।